ਉੱਥੇ ਮੈਨੂੰ ਮਿਲਣ ਆਏ ਨੇ ਦੋ ਦਿਨ ਅੱਗੋਂ ਮਗਰੋਂ ਫਿਰ ਸ਼ਹੀਦ ਹੋ ਗਏ ਆ। ਮੈਂ ਕਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਉਂਦਾ ਮੈਨੂੰ ਵੀ ਤੂੰ ਹੁਣ ਛੇਤੀ ਘਰ ਨੂੰ ਚਲੀ ਜਾ, ਮੈਨੂੰ ਘੇਰਾ ਪੈ ਸਾਨੂੰ ਘੇਰਾ ਪੈ ਗਿਆ ਅਤੇ ਵਿੱਚੇ ਫੜੀ ਜਾਏਂਗੀ। ਅਤੇ ਮੈਂ ਸਾਰੀ ਵਾਰਡ ਰੁਣਦੀ ਆਈ। ਅਗਲੇ ਦਿਨ ਫਿਰ ਪੱਕਾ ਪਤਾ ਲੱਗ ਗਿਆ ਵੀ ਘੇਰੇ ਦੇ ਵਿੱਚ ਸ਼ਹੀਦੀਆਂ ਪਾ ਗਏ ਆ। ਫਿਰ ਅਸੀਂ ਸ਼ਹਿਰ ਗਏ ਹਾਂ ਆਪਣਾ ਸ਼ਿਸ਼ਕਾਰ ਦੇ ਟਾਈਮ 'ਤੇ, ਸਾਡੇ ਕੋਲ ਪਛਾਣਿਆ ਨਹੀਂ ਗਿਆ, ਫੁੱਲ ਗਈਆਂ ਸੀ ਲਾਸਾਂ। ਅਸੀਂ ਪਛਾਣ ਲਿਆ ਸੀ ਉਹਦੀ ਚੀਜ਼ ਇੱਥੇ ਮੋਗਾ ਸੀ, ਅਤੇ ਉਹ ਮੈਂ ਵੇਖਿਆ ਅਤੇ ਫਿਰ ਮੈਨੂੰ ਪਛਾਣ ਲੱਗ ਗਈ ਵੀ ਉਹ ਹੀ ਆ। ਗੋਲੀਆਂ ਦੇ ਨਾਲ ਤਾਂ ਵਿੱਧੇ ਸੀ,